ਪਿਆ ਕੰਬਲ ਇੱਕ ਕੰਬਲ ਕੱਲ੍ਹ ਨੇ ਦੋ ਰਜਾਈ ਵੀ ਹੈਗੀ ਸਭ ਕੁਝ। ਕਹਾਂ ਸੇ ਆਏ ਹੋ ਆਪ? ਗਾਓ ਕੌਣ ਸਾ ਹੈ ਆਪਕਾ, ਘਰ ਕਹਾਂ ਹੈ? ਫੇਰ ਨਹੀਂ ਮੰਨਿਆ ਜੀ, ਤੋ ਘਬਰਾਉਣੇ ਵਾਲੀ ਬਾਤ ਨਹੀਂ ਹੈ, ਠੀਕ ਹੈ ਠੀਕ ਹੈ, ਆਪਕੀ ਮਦਦ ਕੇ ਲਈ ਆਏ ਹੈਂ, ਠੀਕ ਹੈ। ਚਲੋ ਉੱਠੋ, ਆਓ, ਆਪਕੋ ਵਹਾਂ ਪੇ ਨਾ ਸੇਫ ਅੱਛੀ ਜਗ੍ਹਾ ਪੇ ਡਾਲਤੇ ਹੈਂ। ਜੂਤੇ ਪਹਿਲੋ, ਜੂਤੇ ਡਾਲੋ। ਹੱਥ 'ਚ ਵੀ ਪਈ ਹੈ? ਆਹੋ ਆ ਟੋਪੀ ਮੈਂ ਲੈ ਕੇ ਆਇਆ, ਟੋਪੀ ਪਾ। ਬੜੀਆਂ ਦਰਦਨਾਕ ਤਸਵੀਰਾਂ ਨੇ, ਬਿਆਨ ਮੈਂ ਨਹੀਂ ਕਰ ਸਕਦਾ ਕਿਉਂਕਿ ਬਹੁਤ ਠੰਡ ਆ। ਇਸ ਠੰਡ ਦੇ ਵਿੱਚ ਤਰਪੈਲ ਦੇ ਥੱਲਿਓਂ ਇਸ ਵੀਰ ਨੂੰ ਰੈਸਕਿਊ ਕੀਤਾ ਜਾ ਰਿਹਾ, ਮਦਦ ਲਈ ਜਾ ਰਹੀ ਹੈ ਪੁਲਿਸ ਦੀ, ਕਿਉਂਕਿ ਇੱਕ ਪ੍ਰੋਸੀਜਰ ਹੁੰਦਾ, ਠੀਕ ਹੈ, ਥੋੜ੍ਹਾ ਮਾਨਸਿਕ ਤੌਰ 'ਤੇ ਵੀਰ ਠੀਕ ਨਹੀਂ ਲੱਗ ਰਿਹਾ, ਅਤੇ ਇਸ ਕਰਕੇ ਜਦੋਂ ਇੱਦਾਂ ਦੀ ਸਥਿਤੀ ਹੁੰਦੀ ਆ ਤਾਂ ਅਸੀਂ ਪੁਲਿਸ ਦੀ ਅਤੇ ਜਿਹੜੇ ਜਵਾਨ ਹੈਗੇ ਆ ਸਾਡੇ ਵੀਰ ਹੈਗੇ ਉਹਨਾਂ ਦੀ ਮਦਦ ਲੈਂਦੇ ਹਾਂ। ਸੋ ਇਹ ਪਿੱਛੇ ਆਏ ਨੇ, ਰੋਡ ਦਾ ਕੰਮ ਚੱਲ ਰਿਹਾ, ਉਹਦੀ ਜਿਹੜੀ ਕੰਕਰੀਟ ਆ ਜਿਹੜਾ ਵੇਸਟ ਆ, ਠੀਕ ਆ, ਉਹਦੇ ਉੱਪਰ ਇਹ ਵੀਰ ਸੌਂਦਾ। ਇਹ ਪਤਾ ਲੱਗਾ ਸੀ ਕਿ ਇਹ ਬੰਦਾ ਜਿਹੜਾ ਖੁੱਲ੍ਹੇ ਸਮਾਨ ਦੇ ਵਿੱਚ ਆਪਣੇ ਆਪ ਨੂੰ ਕੈਮੋਫਲਾਈ ਕਰਕੇ ਲੰਮੇ ਪੈਂਦਾ ਸੀ ਠੰਡ ਤੋਂ ਬਚਣ ਦੀ ਕਾਰਨ, ਅਤੇ ਇਹਦਾ ਨੁਕਸਾਨ ਵੀ ਹੋ ਸਕਦਾ ਸੀ ਕਿਉਂਕਿ ਆਪਣਾ ਪੁਲ ਦਾ ਕੰਮ ਚੱਲ ਰਿਹਾ, ਜਿਸ ਤਰ੍ਹਾਂ ਇਹ ਪੈ ਜਾਂਦਾ ਇਸ ਬੰਦੇ ਦਾ ਪਤਾ ਨਹੀਂ ਲੱਗਦਾ ਕਿ ਇਹ ਸੋ ਰਿਹਾ ਕਿ ਜਾਂ ਉੱਦਾਂ ਹੀ ਸਮਾਨ ਪਿਆ, ਅਤੇ ਹੋ ਸਕਦਾ ਕੋਈ ਟਰੱਕ ਟਰੁੱਕ ਆਉਂਦਾ ਕੋਈ ਸਮਾਨ ਲਾਉਣ ਵਾਸਤੇ ਉੱਪਰ ਇਹਦੇ ਲਾਹ ਦਿੰਦਾ ਅਤੇ ਇਹਦੀ ਮੌਤ ਹੀ ਹੋ ਸਕਦੀ ਸੀ, ਅਤੇ ਸਾਨੂੰ ਪਤਾ ਲੱਗਾ ਅਤੇ ਅਸੀਂ ਇਹਨਾਂ ਨੂੰ ਉੱਥੋਂ ਠਾ ਕੇ ਅਤੇ ਨਾਲ ਸੰਸਥਾ ਦੇ ਐਨ ਜੀ ਓ ਨਾਲ ਲੈ ਕੇ ਅਤੇ ਇਹਨਾਂ ਨੂੰ ਇੱਥੇ ਆਪਣਾ ਪੁਲ ਦੇ ਥੱਲੇ ਸੇਫ ਜਗ੍ਹਾ 'ਤੇ ਸਥਾਨ ਦਿੱਤਾ ਵਾ, ਅਤੇ ਜਿੱਥੇ ਕਿ ਸੇਫ ਰਹਿ ਸਕੇ ਅਤੇ ਆਪਣਾ ਜ਼ਿੰਦਗੀ ਜੋ ਉਹ ਕੱਟ ਸਕੇ ਵਧੀਆ ਤਰੀਕੇ ਨਾਲ। ਅਤੇ ਬਾਕੀ ਇਹ ਵੀਡੀਓ ਦੇ ਜ਼ਰੀਏ ਹੋ ਸਕਦਾ ਇਹਦੇ ਬਾਅਦ ਸਾਨੂੰ ਪਤਾ ਲੱਗੇ ਜਿੱਥੇ ਵੀ ਹੋਣਗੇ ਅਤੇ ਇਹ ਆਪਣੇ ਪਰਿਵਾਰ ਨਾਲ ਮਿਲ ਸਕਦੇ।